जो आनंद कार संपूर्ण किए गए हैं और जी वही गल कही है कि कुछ चीज़ा जड़िया ने वो निजी होंगे ने तो निजी ही रहन देनिया चाहिए ने। मीडिया के नाल भी उन्होंने गलबात करद यो ही कहा कि जड़िया निजी कुछ वो चाहते सी कि उन्होंने कुछ जड़िया चीज़ा ने वो निजी परिवारक लाइफ जी है वह निजी रहे तो यो रिक्वेस्ट भी उन्होंने मीडिया को की है कि वो नहीं सी चाहते कि उन्होंने जीवन साथी या परिवारक क्योंकि वह खुद पब्लिक के विचरते हैं पर परिवार के मैंबर दियाँ परिवार दियाँ तस्वीर नहीं सी चाहते कि मीडिया के आन इस करके उन्होंने मीडिया ने गलबात की है जी इस करके ही मीडिया के कारण ही उन्होंने पूछा गया कि तुसी वेन्यू क्यों चेंज किया तो भाई अमृतपाल सिंह ने यो कहा कि यो ही कारण सी कि वह चाहते सी कि जिन्ना इस समागम को निजी रखा जाए ना ही उन्होंने दसिया कि यूके तो रहने वाला है परिवार ते लगातार जड़े ने उस संदेश दे रहे हैं कि दहेज की जड़ी प्रथा है इसनों भी जड़ा बिल्कुल खत्म करन दी उन्होंने गल कही है और सारे ही लोगों को यह भी सुनेहा दिता है कि सिंपल गुरमर्यादा के नाल जड़ा सिंपल विआह जड़े ने करने चाहिए ने कि बिल्कुल इस जगह के उत्ते पिंड जड़े इस जगह के उत्ते देख सकते हो कि जड़े आनंद कार्ज ने इस जगह के उत्ते संपूर्ण जड़े ने वो किए गए ने पिंड बाबा काला मेहर दी जिहड़ियां तस्वीरां ने तो मीडिया कर्मियों के नाल आगे भाई अमृतपाल सिंह इस जगह के उत्ते जरूर कुछ समय के लिए गल करके गए ने तो उन्होंने नाल ही इस जगह के उत्ते जिहड़ा अपना संदेश भी जिहड़ा इस जगह के उत्ते दिता है तो नाल ही उन्होंने बिल ये आख्या है कि पिछे आ जाओ भाजी पिछे आ जाओ बाबा मुबारक शादी का कोई भी समागम है वो इदा का होना चाहिए भी ना अगलिया कोई बंद बोझ पवे ना साढ़े ते पवे एक दिन की खुशी परिवारक है इन्हों निजी तौर पर मनाना चाहिए सतगुरु जी का आशीर्वाद लाए के जो जीवन है परिवार जो पब्लिक कोई तस्वीर सामने हो सो यह बेनती भी है
ਕਿ ਜਿਹੜੀ ਪ੍ਰਾਈਵੇਟ ਲਾਈਫ ਹੈ ਇਹਨੂੰ ਪ੍ਰਾਈਵੇਟ ਰਹਿਣ ਦਿੱਤਾ ਜਾਵੇ। ਇਸ ਕਰਕੇ ਸਾਨੂੰ ਇਹ ਮੁਸ਼ਕਲ ਦੀ ਵਜ੍ਹਾ ਕਰਕੇ ਸਾਨੂੰ ਇਹ ਸ਼ਿਫਟ ਕਰਨਾ ਪਿਆ, ਕਿਉਂਕਿ ਉੱਥੇ ਮੀਡੀਆ ਜਿਹੜਾ ਸੀ ਅਸੀਂ ਅਵੋਇਡ ਨਹੀਂ ਸੀ ਕਰ ਸਕਦੇ, ਇਮੀਡੀਏਟਲੀ ਸਾਨੂੰ ਪਲਾਨ ਚੇਂਜ ਕਰਨੇ ਪਏ। ਸੋ ਇਹ ਬੇਨਤੀ ਅੱਗੇ ਤੋਂ ਵੀ ਇਹ ਆ ਵੀ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਥੋੜ੍ਹਾ ਜਿਹਾ ਜਿਵੇਂ ਸੰਸੇਸ਼ਨ ਦੇ ਰੂਪ ਦੇ ਵਿੱਚ ਫੋਟੋਆਂ ਲਾਉਣੀਆਂ ਹੈ, ਪਹਿਲਾਂ ਕਿਸੇ ਗਲਤ ਕੁੜੀ ਦੀਆਂ ਫੋਟੋਆਂ ਚਲਾਈਆਂ ਗਈਆਂ ਫਿਰ ਦੁਬਾਰਾ ਫਿਰ ਚਲਾਈਆਂ ਜਾ ਰਹੀਆਂ, ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਇੱਦਾਂ ਨਹੀਂ ਕਰਨਾ ਚਾਹੀਦਾ, ਬਿਨਾਂ ਇਜਾਜ਼ਤ ਤੋਂ ਬਿਨਾਂ ਕਿਸੇ ਦੀ ਅਥਾਰਟੀ ਤੋਂ ਇਹ ਕੰਮ ਨਹੀਂ ਕਰਨਾ। ਅੱਛਾ, ਵੈਸੇ ਅਚਾਨਕ ਕੱਲ੍ਹ ਖਬਰ ਨਿਕਲੀ ਕਿ ਤੁਸੀਂ ਵਿਆਹ ਕਰਵਾ ਰਹੇ ਹੋ, ਉਹਦਾ ਪਰਿਵਾਰ ਦੇ ਵਿੱਚ ਲੰਬੇ ਸਮੇਂ ਤੋਂ ਪਲੈਨਿੰਗ ਚੱਲ ਰਹੀ ਸੀ ਕਿ ਜਿਹੜਾ ਤੁਹਾਡਾ ਮੈਂ ਇੱਕ ਸਾਲ ਤੋਂ ਮੈਂ ਜਿਹੜਾ ਸੀ ਅਸੀਂ ਆਲਰੇਡੀ ਵਿਆਹ ਦੀ ਗੱਲ ਚੱਲ ਰਹੀ ਸੀ, ਸੋ ਇਸ ਕਰਕੇ ਜਿਹੜਾ ਲੰਬੇ ਸਮੇਂ ਦੀ ਪਲੈਨਿੰਗ ਹੈ, ਪਰ ਉਹ ਜਿੱਦਾਂ ਮੈਂ ਪਹਿਲਾਂ ਗਿਆ ਵੀ ਕੁਛ ਚੀਜ਼ਾਂ ਨੂੰ ਆਪਾਂ ਨੂੰ ਪਰਸਨਲ ਰੱਖਣਾ ਪੈਣਾ। ਹੈ ਤੁਸੀਂ ਸਰਦਾਰਨੀ ਜੀ ਨੂੰ ਪਹਿਲਾਂ ਤੋਂ ਜਾਣਦੇ ਸੀ? ਹਾਂਜੀ, ਮੈਂ ਪਹਿਲਾਂ ਜਿਸ ਤਰ੍ਹਾਂ ਅਕਾਲ ਤਖਤ ਜਥੇਦਾਰ ਦੀ ਗੱਲ ਕਿੰਨਾ ਚੰਗਾ, ਆਪਾਂ ਲੋਕ ਦਿਖਾਵੇ ਦੇ ਵਿੱਚ ਆ ਕੇ ਲੱਖਾਂ ਕਰੋੜਾਂ ਰੁਪਈਏ ਖਰਚੀਏ ਅਤੇ ਫਿਰ ਕਹੀਏ ਕੋਈ ਤਾਂ ਕਰ ਸਕਦਾ, ਪਰ ਦੂਜਿਆਂ ਨੂੰ ਅੱਡੀਆਂ ਚੁੱਕ ਕੇ ਫਾਹ ਲੈਣਾ ਪੈਂਦਾ ਜਿਹਨਾਂ ਕੋਲ ਨਹੀਂ ਹੁੰਦਾ। ਦਾਜ ਦਹੇਜ ਇਹੋ ਜਿਹੀ ਜਿਹੜੀ ਸਮੱਸਿਆ ਪੰਜਾਬ ਦੇ ਵਿੱਚ ਮਾੜੀ ਮੋਟੀ ਹੈਗੀ, ਇਹਨੂੰ ਖਤਮ ਕਰਨਾ ਚਾਹੀਦਾ। ਵਿਆਹ ਇੱਦਾਂ ਦੀ ਰਸਮ ਹੋਣੀ ਚਾਹੀਦੀ ਵੀ ਜਿੱਥੇ ਕਿਸੇ ਨੂੰ ਇੱਕ ਦਿਨ ਪਹਿਲਾਂ ਵੀ ਚਿੰਤਾ ਨਾ ਹੋਵੇ। ਇਹ ਆਮ ਰਸਮੀ ਤੌਰ 'ਤੇ ਜਿਵੇਂ ਕਿਤੇ ਮਹਾਰਾਜ ਦੀ ਖੰਡਪੁਰ ਸਾਹਿਬ ਰਖਾਇਆ, ਇੱਦਾਂ ਦੀ ਰਸਮ ਹੋਵੇ ਤਾਂ ਜੋ ਕੁੜੀ ਦੇ ਪਰਿਵਾਰ ਨੂੰ ਜਾਂ ਕਿਸੇ ਵੀ ਪਰਿਵਾਰ ਨੂੰ ਇਹ ਚਿੰਤਾ ਨਾ ਹੋਵੇ। ਕਿਸੇ ਵਿਆਹ ਮਤਲਬ ਬਹੁਤ ਨੇੜਦੇ ਜਿਹੜੇ ਸੀ ਸਿੰਘ ਸੀ ਪਰਿਵਾਰ ਦੇ ਜੀ ਸੀ ਰਿਸ਼ਤੇਦਾਰ ਸੀ ਕੁਝ, ਤੇ ਬਹੁਤ ਲਿਮਿਟਿਡ ਬੰਦੇ ਸੀ ਪੰਜਾਬ ਦੇ। ਸਿੰਘ ਸਾਹਿਬ ਅੱਗੇ ਸਮਾਗਮ ਰੱਖੇ ਗਏ ਨੇ, ਫਿਰ ਰੂਪ ਰੇਖਾ ਉਦਾਂ ਹੀ ਚੱਲੇਗੀ ਜਿਵੇਂ ਸਮਾਗਮ। ਤੁਹਾਡਾ ਜਿਹੜਾ ਪਰਿਵਾਰ ਹੈ ਉਹ ਕੈਨੇਡਾ ਤੋਂ ਹੈ ਕਿ ਯੂਕੇ ਤੋਂ ਹੈ, ਕਿਉਂਕਿ ਇਹ ਵੀ ਬੜੀ ਗੱਲ ਦੇ ਪਰਿਵਾਰ ਜਿਹੜਾ ਤੁਹਾਡੇ ਸਾਰਾ ਪਰਿਵਾਰ ਨਹੀਂ ਉਹ ਯੂਕੇ ਤੋਂ? ਭਾਈ ਸਾਹਿਬ ਤੁਹਾਡੇ ਕੋਲੋਂ ਇੱਕ ਵੱਖਰਾ ਸੁਨੇਹਾ ਦਿੱਤਾ ਜਾਂਦਾ ਹੈ ਆਮ ਨੌਜਵਾਨ ਨੇ ਵੀ ਤੁਸੀਂ ਬਾਹਰ ਨਹੀਂ ਜਾਣਾ, ਇੱਥੇ ਰਹੋ। ਸੋ ਹੁਣ ਜਿਹੜੇ ਤੁਸੀਂ ਪਰਿਵਾਰ ਤੁਸੀਂ ਆਪ ਇੱਥੇ ਰਹੋਗੇ, ਪਰਿਵਾਰ ਤੁਹਾਡਾ ਇੱਥੇ ਰਹੋਗੇ ਕਿ ਤੁਸੀਂ ਵੀ ਬਾਹਰ? ਨਹੀਂ ਨਹੀਂ, ਅਸੀਂ ਪਰਿਵਾਰ ਅਸੀਂ ਤਾਂ ਉੱਥੋਂ ਲੈ ਕੇ ਆਏ ਹਾਂ, ਸਗੋਂ ਇਹ ਸੁਨੇਹਾ ਦੇ ਮੁਤਾਬਕ ਅਸੀਂ ਜਿਹੜਾ ਕਹਿੰਦੇ ਹਾਂ ਵੀ ਰਿਵਰਸ ਮਾਈਗ੍ਰੇਸ਼ਨ ਹੋਣੀ ਚਾਹੀਦੀ ਹੈ ਵੀ ਰਿਵਰਸ ਮਾਈਗ੍ਰੇਸ਼ਨ ਜਿਹੜਾ ਵਾ ਉਹ ਪਰਿਵਾਰ ਤਾਂ ਚਲੋ ਬਾਹਰ ਜਾਊਗਾ ਹੀ, ਪਰ ਮੈਂ ਅਤੇ ਮੇਰੀ ਸਿੰਘਣੀ ਇੱਥੇ ਰਹੋ। ਸਿੰਘਣੀ ਇੱਥੇ ਰਹਿ? ਇੱਥੇ ਰਹਿ। ਠੀਕ ਹੈ ਜੀ, ਧੰਨਵਾਦ। ਅੱਛਾ, ਵਾਹਿਗੁਰੂ। ਤਸਵੀਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਅੱਜ ਮੀਡੀਆ ਦੇ ਨਾਲ ਗੱਲਬਾਤ ਇੱਥੇ ਕਰਕੇ ਗਏ ਨੇ, ਤੇ ਉਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਬਿਲਕੁਲ ਜਿਹੜੀ ਸਿੱਖੀ